ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ KTV ਤੇ, ਮੈਂ ਸੰਦੀਪ ਸਿੰਘ। ਪਹਿਲਾਂ ਤਾਂ ਸਮੂਹ ਸੰਗਤ ਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦੇ ਦੀਆਂ ਲੱਖ ਲੱਖ ਮੁਬਾਰਕਾਂ। ਅੱਜ ਇਸ ਗੁਰਗੱਦੀ ਦਿਵਸ ਤੇ ਵਿਸ਼ੇਸ਼ ਕਰਕੇ ਖਾਸ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਇੱਕ ਬਿਆਨ ਦਿੱਤਾ ਆਪਣੀ ਸਿੱਖ ਕੌਮ ਦੇ ਲਈ। ਅੱਜ ਉਸ ਬਿਆਨ ਉੱਤੇ ਪਹਿਲਾਂ ਦੇਖਦੇ ਹਾਂ, ਉਸ ਬਿਆਨ ਨੂੰ ਸੁਣਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ। ਪਹਿਲਾਂ ਸੁਣਦੇ ਜਥੇਦਾਰ ਸਾਹਿਬ ਜੀ ਦਾ ਇਹ ਬਿਆਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦੇ ਨਾਲ ਨਾਲ ਸਿੱਖ ਸੰਗਤਾਂ ਨੂੰ ਉਪਦੇਸ਼ ਸਿੱਖਿਆ ਦਿੱਤੀ ਕਿ ਹੁਣ ਵਕਤ ਆ ਗਿਆ ਕਿ ਹਰ ਸਿੱਖ ਜਿੱਥੇ ਬਾਣੀ ਪੜ੍ਹ ਕੇ ਬਲਵਾਨ ਹੋਵੇ ਉੱਥੇ ਸ਼ਸਤਰਧਾਰੀ ਜ਼ਰੂਰ ਹੋਵੇ। ਘੋੜਸਵਾਰੀ, ਸ਼ਸਤਰ ਵਿੱਦਿਆ, ਇਹ ਜਿਹੜੇ ਗੁਣ ਹੈ, ਇਹ ਜਿਹੜੀਆਂ ਕਲਾਵਾਂ ਨੇ, ਇਹ ਹਰ ਸਿੱਖ ਜਿਹੜਾ ਹੈ ਉਹ ਜ਼ਰੂਰ ਸਿੱਖੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਉਪਦੇਸ਼ ਅੱਜ ਵੀ ਕਾਰਗਰ ਹੈ। ਅੱਜ ਵੀ ਜ਼ਰੂਰਤ ਹੈ ਸਾਡੇ ਖਾਸ ਤੌਰ ਤੇ ਸਿੱਖ ਨੌਜਵਾਨ ਬੱਚੇ ਬੱਚੀਆਂ ਨੂੰ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਆਦੇਸ਼ਾਂ ਦੀ ਇਹ ਪਾਲਣਾ ਕਰਦੇ ਆ। ਸ਼ਸਤਰਧਾਰੀ ਹੋਈਏ, ਗੱਤਕੇਬਾਜ਼ੀ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ, ਇਹ ਜਿਹੜੀਆਂ ਕਲਾਵਾਂ ਨੇ ਇਹਨਾਂ ਦੇ ਵਿੱਚ ਸੁਸਿੱਖਿਅਤ ਹੋਈਏ। ਔਰ ਹਰ ਸਿੱਖ ਲਾਇਸੰਸੀ ਜਿਹੜੇ ਮਾਡਰਨ ਹਥਿਆਰ ਨੇ ਲੀਗਲ ਤਰੀਕੇ ਦੇ ਨਾਲ, ਉਹ ਵੀ ਜਿਹੜਾ ਹੈ ਉਹ ਰੱਖਣ ਦਾ ਹਰ ਸਿੱਖ ਯਤਨ ਜ਼ਰੂਰ ਕਰੇ, ਕਿਉਂਕਿ ਸਮਾਂ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਆ ਰਿਹਾ, ਹਾਲਾਤ ਇਸ ਤਰ੍ਹਾਂ ਦੇ ਜਿਹੜੇ ਬਣ ਰਹੇ ਆ। ਤੁਸੀਂ ਇਹ ਬਿਆਨ ਸੁਣਿਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਸਿੱਖ ਕੌਮ ਨੂੰ, ਜੋ ਪੰਜਾਬ ਦੇ ਇਸਲੇ ਹਾਲਾਤ ਬਣੇ ਹੋਏ ਨੇ, ਕਿ ਉਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਕਿ ਅੱਜ ਹਰ ਇੱਕ ਸਿੱਖ ਕੋਲ ਲਾਇਸੈਂਸੀ ਗੌਰਮੈਂਟ ਤੋਂ ਪਰਮਿਸ਼ਨ ਦੇ ਨਾਲ, ਗੌਰਮੈਂਟ ਦੀ ਆਗਿਆ ਦੇ ਨਾਲ ਹਰ ਇੱਕ ਸਿੱਖ ਕੋਲ ਸਮੇਂ ਦੀ ਮੰਗ ਦੇ ਅਨੁਸਾਰ ਹਥਿਆਰ ਹੋਣੇ ਲਾਜ਼ਮੀ ਹਨ, ਲਾਜ਼ਮੀ ਹੋਣੇ ਚਾਹੀਦੇ ਹਨ, ਜੋ ਹੁਣ ਸਮੇਂ ਦੀ ਮੰਗ ਹੈ। ਤੁਸੀਂ ਦੇਖ ਲਿਆ ਪੰਜਾਬ ਦੇ ਵਿੱਚ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ। ਅੱਜ ਇੱਕ ਗੱਲ ਸੋਚਣ ਦੇ ਸਮਝਣ ਵਾਲੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹੋਏ ਪਰਿਵਾਰ ਜਿਹੜੇ ਨੇ, ਚਾਹੇ ਉਹ ਅਮੀਰ ਪਰਿਵਾਰ ਹੋਵੇ, ਚਾਹੇ ਉਹ ਗਰੀਬ ਪਰਿਵਾਰ ਹੋਵੇ, ਇਹਦੇ ਵਿੱਚ ਕੋਈ ਡਿਫਰੈਂਟ, ਕੋਈ ਦੋ ਰਾਵਾਂ ਨਹੀਂਆਂ। ਕਿ ਅੱਜ ਜੇ ਕੋਈ ਅਮੀਰ ਪਰਿਵਾਰ ਆ ਕਿ ਉਹ ਆਪਣੇ ਘਰ ਵਿੱਚ ਸੁਰੱਖਿਅਤ ਨੇ, ਜੇ ਅੱਜ ਕੋਈ ਗਰੀਬ ਪਰਿਵਾਰ ਆ ਤਾਂ ਉਹ ਆਪਣੇ ਘਰ ਵਿੱਚ ਸੁਰੱਖਿਅਤ ਆਪਣੇ ਆਪ ਨੂੰ ਮਹਿਸੂਸ ਕਰਦਾ ਆ। ਅੱਜ ਬਹੁਤ ਵੱਡੀਆਂ ਵਿਚਾਰਧਾਰਾ ਕਰਕੇ ਅੱਜ ਜਥੇਦਾਰ ਸਾਹਿਬ ਨੇ ਇਹ ਬਿਆਨ ਜਿਹੜਾ ਇਹ ਦਿੱਤਾ ਹੈ, ਉਸੇ ਬਿਆਨ ਦੇ ਉੱਤੇ ਆਪਾਂ ਆਪਣੇ ਆਪ ਨੂੰ ਕਿੰਨੇ ਕੁ ਸੁਰੱਖਿਅਤ ਮਹਿਸੂਸ ਕਰਦੇ ਹਾਂ ਪੰਜਾਬ ਦੇ ਵਿੱਚ। ਧੀਆਂ ਪੁੱਤਰਾਂ ਦੀ ਆਪਾਂ ਜੇ ਗੱਲ ਕਰ ਦਈਏ ਕਿ ਅੱਜ ਸਾਡੇ ਪੰਜਾਬ ਵਿੱਚ ਰਹਿੰਦਿਆਂ ਹੋਏ ਬੱਚੇ ਸਾਡੇ ਕਾਲਜਾਂ ਸਕੂਲਾਂ ਵਿੱਚ ਪੜ੍ਹਨ ਜਾਂਦੇ ਨੇ, ਕਿ ਉਹ ਆਪਣੇ ਆਪ ਨੂੰ ਰਸਤਿਆਂ ਦੇ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਨੇ, ਕਿ ਅੱਜੀਆਂ ਸਾਡੀਆਂ ਧੀਆਂ ਭੈਣਾਂ ਬੱਸਾਂ ਵਿੱਚ ਸਫ਼ਰ ਕਰਦੀਆਂ ਨੇ, ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਨੇ। ਪ੍ਰਸ਼ਾਸਨ ਸਾਡੀ ਕਿੰਨੀ ਕੁ ਮਦਦ ਕਿਸੇ ਮੋੜ ਤੱਕ ਕਰਦਾ ਹੈ, ਕਿੰਨੀ ਕੁ ਹੱਦ ਤੱਕ ਉਹ ਮਦਦ ਕਰਦਾ ਹੈ। ਪਰ ਅੱਜ ਇਸ ਬਿਆਨ ਉੱਤੇ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜਿਹੜਾ ਕੁਝ ਸਮਾਂ ਪਹਿਲੇ ਬਣੇ ਨੇ, ਰਾਜਾ ਬਣਿੰਗ, ਅਮਰਿੰਦਰ ਸਿੰਘ ਰਾਜਾ ਬਣਿੰਗ, ਉਸ ਬਿਆਨ ਉੱਤੇ ਰਾਜੇ ਨੂੰ ਇਸ ਇੰਨੀ ਕੁ ਤਕਲੀਫ਼ ਕਿਉਂ ਹੋਈ ਕਿ ਉਸਨੇ ਇਹ ਬਿਆਨ ਦਿੱਤਾ ਆਪਣੇ ਉਹਦੇ ਟਵੀਟ ਉੱਤੇ? ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਆਪਣੇ ਟਵੀਟ ਕਰਕੇ ਉਹਨੇ ਕਿਹਾ ਕਿ ਇਹ ਸਿੱਖ ਕੌਮ ਲਈ ਖਤਰਨਾਕ ਸਿੱਧ ਹੋ ਸਕਦਾ। ਤੇ ਅੱਜ ਰਾਜਾ ਸਾਹਿਬ ਤੁਹਾਨੂੰ ਅਸੀਂ ਸਵਾਲ ਕਰਦੇ ਹਾਂ, ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਪੰਜਾਬ ਦੇ ਵਿੱਚ ਵਿਚਰਦੇ ਹੋ, ਵੱਖ ਵੱਖ ਥਾਵਾਂ ਤੇ ਜਾਂਦੇ ਹੋ, ਤੁਹਾਨੂੰ ਲੋਕ ਬਹੁਤ ਪਿਆਰ ਕਰਦੇ ਨੇ, ਤੁਹਾਨੂੰ ਲੋਕ ਬਹੁਤ ਚਾਹੁੰਦੇ ਨੇ, ਪਰ ਇੱਕ ਗੱਲ ਦਾ ਜਵਾਬ ਦਿਓ, ਜੇ ਤੁਹਾਨੂੰ ਲੋਕ ਬਹੁਤ ਚਾਹੁੰਦੇ ਨੇ, ਬਹੁਤ ਪਿਆਰ ਕਰਦੇ ਨੇ, ਫਿਰ ਤੁਸੀਂ ਜਿਹੜਾ ਗੁਲਾਮ ਲਸ਼ਕਰ ਲੈ ਕੇ ਪੁਲਿਸ ਦੀ ਸਿਕਿਉਰਿਟੀ ਨਾਲ ਲੈ ਕੇ ਚੱਲਦੇ ਹੋ ਤੇ ਉਹ ਤੁਹਾਨੂੰ ਕੀ ਜ਼ਰੂਰਤ ਆ? ਫਿਰ ਤੁਸੀਂ ਆਪਣੇ ਹਥਿਆਰਬੰਦ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਕਿਉਂ ਤੁਰਦੇ ਹੋ? ਪਰ ਇਸ ਗੱਲ ਦੀ ਤੁਸੀਂ ਇੱਕ ਹੋਰ ਦੇ ਕੇ ਪੁਸ਼ਟੀ ਕਰ ਦਿਓ, ਤੁਸੀਂ ਇਹ ਤਾਂ ਕਹਿ ਦਿੱਤਾ ਕਿ ਉਹ ਸਿੱਖ ਕੌਮ ਲਈ, ਪੰਜਾਬ ਦੇ ਲੋਕਾਂ ਲਈ ਘਾਤਕ ਸਿੱਧ ਹੋ ਸਕਦਾ, ਖਤਰਨਾਕ ਸਿੱਧ ਹੋ ਸਕਦਾ, ਪਰ ਤੁਸੀਂ ਆਪਣੇ ਦੱਸਿਓ, ਆਪਣੇ ਬਿਆਨ ਦੇ ਦਿਓ ਕਿ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਜਾਂ ਤੁਹਾਡੇ ਕੋਲ ਜਾਂ ਤੁਹਾਡੇ ਪਰਿਵਾਰਕ ਮੈਂਬਰਾਂ ਕੋਲ ਲਾਇਸੈਂਸੀ ਹਥਿਆਰ ਹਨ ਜਾਂ ਨਹੀਂ ਹਨ। ਜੇ ਹਨ, ਤੁਸੀਂ ਰੱਖੇ ਹੋਏ ਨੇ, ਤਾਂ ਫਿਰ ਮੈਨੂੰ ਲੱਗਦਾ ਆ ਜੇ ਤੁਹਾਨੂੰ ਇਹ ਬਿਆਨ ਜਥੇਦਾਰ ਸਾਹਿਬ ਦਾ ਚੰਗਾ ਨਹੀਂ ਲੱਗਿਆ ਤੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਲਈ ਉਹ ਖਤਰਨਾਕ ਸਿੱਧ ਹੋ ਸਕਦਾ, ਫਿਰ ਮੈਨੂੰ ਲੱਗਦਾ ਆ ਵੀ ਤੁਹਾਨੂੰ ਜਿਹੜੇ ਆਪਣੇ ਕੋਲ ਰੱਖੇ ਹੋਏ ਤੇ ਲਾਇਸੈਂਸੀ ਹਥਿਆਰ ਨੇ, ਉਹ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਸੌਂਪ ਦੇਣੇ ਚਾਹੀਦੇ ਨੇ, ਤੇ ਮੈਨੂੰ ਲੱਗਦਾ ਤੁਹਾਡੇ ਜਿੰਨੇ ਵੀ ਤੁਸੀਂ ਵਿਚਰਦੇ ਹੋ ਲੋਕਾਂ ਦੇ ਵਿੱਚ, ਸਿਕਿਉਰਿਟੀ ਦੀ ਲੋੜ ਨਹੀਂ,
ਪੰਜਾਬ ਬਹੁਤ ਸੁਰੱਖਿਆ ਤੁਸੀਂ ਸੇਫ ਮਹਿਸੂਸ ਕਰਦੇ ਹੋ ਤੇ ਮੈਨੂੰ ਲੱਗਦਾ ਹੈ ਤੁਹਾਡੀ ਸਿਕਿਉਰਿਟੀ ਵੀ ਤੁਹਾਨੂੰ ਜਿਹੜੀ ਉਹ ਵਾਪਸ ਦੇ ਦੇਣੀ ਚਾਹੀਦੀ ਆ। ਤੁਸੀਂ ਦੇਖਦੇ ਰਹੋ ਕੇ ਟੀਵੀ, ਜੁੜੇ ਰਹੋ ਸਾਡੇ ਨਾਲ, ਮੈਨੂੰ ਦਿਓ ਇਜਾਜ਼ਤ, ਧੰਨਵਾਦ, ਰੱਬ ਰੱਖਾ।